ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੇਕਰ ਤੁਸੀਂ ਇੰਡੀਅਨ ਹੋ ਤਾਂ ਤੁਸੀਂ ਕਿਸੇ ਡਿਵੈਲਪ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਕੰਟਰੀ ਦਾ ਵੀਜ਼ਾ ਲੈਣਾ ਪੈਂਦਾ ਹੈ ਕਿਉਂਕਿ ਇੰਡੀਆ ਦਾ ਪਾਸਪੋਰਟ ਯੂਰਪ ਜਾਂ ਕਈ ਹੋਰ ਦੇਸ਼ਾਂ ਦੇ ਪਾਸਪੋਰਟ ਦੇ ਮੁਕਾਬਲੇ ਕਾਫੀ ਜ਼ਿਆਦਾ ਕਮਜ਼ੋਰ ਹੈ ਪਰ ਅੱਜ ਵੀ ਦੁਨੀਆ ਦੇ ਵਿੱਚ ਕਈ ਅਜਿਹੇ ਡਿਵੈਲਪ ਦੇਸ਼ ਨੇ ਜਿਹੜੇ ਕਿ ਇੰਡੀਅਨ ਨੂੰ ਬਿਨਾਂ ਵੀਜ਼ਾ ਤੋਂ ਉੱਥੇ ਆਉਣ ਦੀ ਪਰਮਿਸ਼ਨ ਦਿੰਦੇ ਨੇ ਜਾਂ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ ਜੇਕਰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਏਅਰਪੋਰਟ ਦੇ ਉੱਪਰ ਹੀ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ ਹੈ ਤੇ ਤੁਸੀਂ ਹੈਰਾਨ ਰਹਿ ਜਾਓਗੇ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਯੂਰਪ ਦਾ ਦੇਸ਼ ਵੀ ਹੈ ਜਿਹੜਾ ਕਿ ਇੰਡੀਆ ਨੂੰ ਬਿਨਾਂ ਵੀਜ਼ਾ ਤੇ ਉੱਥੇ ਆਉਣ ਦੀ ਪਰਮਿਸ਼ਨ ਦਿੰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 10 ਅਜਿਹੇ ਦੇਸ਼ਾਂ ਦੇ ਬਾਰੇ ਦੱਸੂਗਾ ਜਿਹੜੇ ਇੰਡੀਆ ਨੂੰ ਬਿਨਾਂ ਵੀਜ਼ਾ ਆਉਣ ਦੀ ਉੱਥੇ ਪਰਮਿਸ਼ਨ ਦਿੰਦੇ ਨੇ ਸੋ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਜੋ ਟੀਵੀ ਇਸ ਲਿਸਟ ਦੇ ਵਿੱਚ ਨੰਬਰ 10 ਤੇ ਨਾਮ ਆਉਂਦਾ ਹੈ ਫਿਜੀ ਦੇਸ਼ ਦਾ ਫਿਜੀ ਓਸ਼ਨੀਆ ਦੇ ਵਿੱਚ ਮੌਜੂਦ ਇੱਕ ਬਹੁਤ ਹੀ ਜ਼ਿਆਦਾ ਵਧੀਆ ਤੇ ਸੋਹਣਾ ਦੇਸ਼ ਹੈ ਜੇਕਰ ਤੁਸੀਂ ਇੰਡੀਅਨ ਹੋ ਤੇ ਤੁਸੀਂ ਇੱਥੇ ਜਾਣਾ ਚਾਹੁੰਦੇ ਹੋ ਤਾਂ ਇੱਥੇ ਜਾਣ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਵੀਜ਼ੇ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਇੰਡੀਅਨ ਇੱਥੇ ਬਿਨਾਂ ਵੀਜ਼ੇ ਤੋਂ 120 ਦਿਨਾਂ ਤੱਕ ਰਹਿ ਸਕਦਾ ਹੈ ਫਿਜੀ ਦੇਸ਼ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਆਸ-ਪਾਸ ਵਸਿਆ ਹੋਇਆ ਇੱਕ ਬਹੁਤ ਹੀ ਸੋਹਣਾ ਤੇ ਕਮਾਲ ਦਾ ਦੇਸ਼ ਹੈ ਇਹ ਦੇਸ਼ ਮਸ਼ਹੂਰ ਹੈ ਆਪਣੇ ਸੋਹਣੇ ਬੀਚਸ ਦੇ ਲਈ ਕਿਉਂਕਿ ਨਾ ਤਾਂ ਇੱਥੇ ਜ਼ਿਆਦਾ ਠੰਡ ਹੁੰਦੀ ਹੈ ਤੇ ਨਾ ਹੀ ਇੱਥੇ ਜ਼ਿਆਦਾ ਗਰਮੀ ਹੁੰਦੀ ਹੈ ਇਸ ਲਈ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਫਿਜੀ ਜਾ ਸਕਦੇ ਹੋ ਇਸ ਲਿਸਟ ਦੇ ਵਿੱਚ ਨੰਬਰ 9 ਤੇ ਆਉਂਦਾ ਹੈ ਮਾਲਦੀਵ ਮਾਲਦੀਵ ਦੇ ਲੋਕ ਇੰਡੀਅਨ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਇਹ ਦੇਸ਼ ਵੀ ਆਪਣੇ ਸੋਹਣੇ ਬੀਚਸ ਅਤੇ ਟ੍ਰੋਪੀਕਲ ਆਈਲੈਂਡ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੰਡੀਆ ਦੇ ਜ਼ਿਆਦਾਤਰ ਅਮੀਰ ਲੋਕ ਜਾਂ ਕਈ ਫਿਲਮ ਐਕਟਰ ਆਪਣੀਆਂ ਛੁੱਟੀਆਂ ਜ਼ਿਆਦਾਤਰ ਮਾਲਦੀਵ ਦੇ ਵਿੱਚ ਹੀ ਮਨਾਉਂਦੇ ਨੇ ਅੱਜ ਦੇ ਦਿਨ ਇਹ ਦੇਸ਼ ਇੰਡੀਅਨ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦਿੰਦਾ ਹੈ ਯਾਨੀ ਕਿ ਤੁਹਾਨੂੰ ਮਾਲਦੀਵ ਦੇ ਏਅਰਪੋਰਟ ਦੇ ਉੱਤਰ ਤੇ ਹੀ ਤੁਹਾਡਾ ਵੀਜ਼ਾ ਲੱਗ ਜਾਵੇਗਾ ਇੱਥੇ ਤੁਸੀਂ ਬਿਨਾਂ ਵੀਜ਼ਾ ਤੋਂ 30 ਦਿਨ ਤੱਕ ਰਹਿ ਸਕਦੇ ਹੋ ਜੇਕਰ ਤੁਹਾਡਾ ਫਿਰ ਵੀ ਮਨ ਨਹੀਂ ਭਰਦਾ ਤਾਂ ਤੁਸੀਂ ਇਸ ਨੂੰ ਐਕਸਟੈਂਡ ਕਰਾ ਕੇ 90 ਦਿਨਾਂ ਤੱਕ ਇੱਥੇ ਬਿਨਾਂ ਵੀਜ਼ਾ ਤੋਂ ਰਹਿ ਸਕਦੇ ਹੋ ਨੰਬਰ 8 ਤੇ ਆਉਂਦਾ ਹੈ ਥਾਈਲੈਂਡ ਪਹਿਲਾਂ ਤਾਂ ਥਾਈਲੈਂਡ ਦੇ ਵਿੱਚ ਜਾਣ ਦੇ ਲਈ ਇੰਡੀਅਨਸ ਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਪਰ ਹੁਣ ਅੱਜ ਦੇ ਟਾਈਮ ਥਾਈਲੈਂਡ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦਿੰਦਾ ਹੈ ਤੇ ਨਾਲ ਹੀ ਉਹ ਇੰਡੀਅਨਸ ਨੂੰ ਈ ਵੀਜ਼ੇ ਦੀ ਸਹੂਲਤ ਵੀ ਦਿੰਦਾ ਹੈ ਇਹੀ ਕਾਰਨ ਹੈ ਕਿ ਇੰਡੀਆ ਤੋਂ ਹਰ ਸਾਲ ਕਾਫੀ ਸਾਰੇ ਲੋਕ ਥਾਈਲੈਂਡ ਘੁੰਮਣ ਦੇ ਲਈ ਜਾਂਦੇ ਨੇ ਥਾਈਲੈਂਡ ਦੀ ਨਾਈਟ ਪਾਰਟੀ ਤੇ ਇੱਥੋਂ ਦੇ ਬੀਚ ਬਹੁਤ ਜ਼ਿਆਦਾ ਮਸ਼ਹੂਰ ਨੇ ਥਾਈਲੈਂਡ ਜਾਣ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਦੀ ਜ਼ਰੂਰਤ ਨਹੀਂ ਹੈ ਇੱਥੇ ਜਾਣ ਦੇ ਲਈ ਤੁਸੀਂ ਬਸ ਇੱਕ ਟਿਕਟ ਲਓ ਤੇ ਸਿੱਧਾ ਥਾਈਲੈਂਡ ਪਹੁੰਚ ਜਾਓ ਇਸ ਲਿਸਟ ਦੇ ਵਿੱਚ ਨੰਬਰ 7 ਦੇ ਉੱਪਰ ਆਉਂਦਾ ਹੈ ਜੀ ਇੰਡੋਨੇਸ਼ੀਆ ਇਹ ਏਸ਼ੀਅਨ ਕੰਟਰੀ ਅੱਜ ਦੇ ਦਿਨ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦਿੰਦੀ ਹੈ ਇੰਡੋਨੇਸ਼ੀਆ ਦਾ ਕਲਚਰ ਤੇ ਉੱਥੋਂ ਦਾ ਖਾਣ ਪੀਣ ਵੀ ਇੰਡੀਆ ਦੇ ਨਾਲ ਬਹੁਤ ਜ਼ਿਆਦਾ ਮਿਲਦਾ ਹੈ ਇਹ ਦੇਸ਼ ਦੇ ਵਿੱਚ ਜਾਣ ਦੇ ਲਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਦੀ ਜ਼ਰੂਰਤ ਨਹੀਂ ਹੈ ਇਹ ਦੇਸ਼ ਵੀ ਆਸਟ੍ਰੇਲੀਆ ਦੇ ਪਰਥ ਦੇ ਬਿਲਕੁਲ ਨਾਲ ਪੈਂਦਾ ਹੈ ਇੰਡੋਨੇਸ਼ੀਆ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਬਾਲੀ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਜਾਂਦਾ ਹੈ ਤੇ ਇਹ ਜਗ੍ਹਾ ਦੇਖਿਆਂ ਹੀ ਬਣਦੀ ਹੈ ਇਸ ਲਿਸਟ ਦੇ ਵਿੱਚ ਨੰਬਰ 6 ਤੇ ਨਾਮ ਆਉਂਦਾ ਹੈ ਜੀ ਮੌਰੀਸ਼ਸ ਦਾ ਇਹ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਅਫਰੀਕਨ ਦੇਸ਼ ਹੈ ਇੰਡੀਅਨ ਨੂੰ ਅੱਜ ਦੇ ਦਿਨ ਮੌਰੀਸ਼ਸ ਵੀਜ਼ਾ ਫ੍ਰੀ ਐਂਟਰੀ ਦੇ ਰਿਹਾ ਹੈ ਇੱਥੋਂ ਦੇ ਬੀਚ ਵੀ ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਨੇ ਹਾਲਾਂਕਿ ਇਹ ਦੇਸ਼ ਥੋੜਾ ਇੰਡੀਆ ਤੋਂ ਦੂਰ ਹੈ ਪਰ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਤਾਂ ਇਹ ਦੇਸ਼ ਨੂੰ ਦੇਖਦੇ ਹੋ ਤਾਂ ਤੁਹਾਡੇ ਪੈਸੇ ਪੂਰੇ ਵਸੂਲ ਹੋ ਜਾਂਦੇ ਨੇ ਇਸ ਲਿਸਟ ਦੇ ਵਿੱਚ ਨੰਬਰ 5 ਤੇ ਨਾਮ ਆਉਂਦਾ ਹੈ ਜੀ ਸਿਆਚਿਸ ਦਾ ਸਿਆਚਿਸ ਕਾਫੀ ਅੰਡਰਰੇਟਡ ਦੇਸ਼ ਹੈ ਪੂਰੀ ਦੁਨੀਆ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਇਸ ਦਾ ਨਾਮ ਸੁਣਿਆ ਹੁੰਦਾ ਹੈ ਤੇ ਬਹੁਤ ਥੋੜੇ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਕਿੱਥੇ ਵਸਿਆ ਹੋਇਆ ਹੈ ਇਹ ਵੀ ਇੱਕ ਬਹੁਤ ਸੋਹਣਾ ਅਫਰੀਕਾ ਦਾ ਦੇਸ਼ ਹੈ ਜਿੱਥੇ ਬਾਕੀ ਦੇ ਸਾਰੇ ਅਫਰੀਕਨ ਦੇਸ਼ ਕਾਫੀ ਜ਼ਿਆਦਾ ਪਿਛੜੇ ਹੋਏ ਤੇ ਗਰੀਬ ਨੇ ਉੱਥੇ ਸਿਆਚਿਸ ਦੇਸ਼ ਕਾਫੀ ਜ਼ਿਆਦਾ ਸਾਫ਼ ਸੁਥਰਾ ਅਤੇ ਅਮੀਰ ਦੇਸ਼ ਹੈ ਇਹ ਦੇਸ਼ ਵੀ ਆਪਣੇ ਸੋਹਣੇ ਬੀਚ ਕਰਕੇ ਜਾਣਿਆ ਜਾਂਦਾ ਹੈ ਤੇ ਬੀਚ ਦਾ ਪਾਣੀ ਬਾਕੀ ਦੇਸ਼ਾਂ ਦੇ ਬੀਚ ਦੇ ਪਾਣੀ ਦੇ ਨਾਲੋਂ ਕਾਫੀ ਜ਼ਿਆਦਾ ਸਾਫ਼ ਹੈ ਸਿਆਚਿਸ ਅੱਜ ਦੇ ਦਿਨ ਇੰਡੀਆ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦੇ ਰਿਹਾ ਹੈ ਯਾਨੀ ਕਿ ਤੁਸੀਂ ਇੰਡੀਆ ਤੋਂ ਸਿਰਫ ਇਸ ਦੇਸ਼ ਦੇ ਲਈ ਟਿਕਟ ਲੈ ਕੇ ਚੜ ਜਾਓ ਤੇ ਸਿਆਚਿਸ ਦੇ ਏਅਰਪੋਰਟ ਦੇ ਉੱਤਰਦਿਆਂ ਹੀ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਇਸ ਲਿਸਟ ਦੇ ਵਿੱਚ ਨੰਬਰ 4 ਤੇ ਨਾਮ ਆਉਂਦਾ ਹੈ ਜੀ ਬਾਰਬਾਡੋਸ ਦਾ ਬਾਰਬਾਡੋਸ ਇੱਕ ਬਹੁਤ ਸੋਹਣਾ ਦੇਸ਼ ਹੈ ਤੇ ਨਾਰਥ ਅਮਰੀਕਾ ਕੰਟੀਨੈਂਟ ਦੇ ਵਿੱਚ ਪੈਂਦਾ ਹੈ ਵੈਸੇ ਆਪਣੇ ਵਿੱਚ ਜ਼ਿਆਦਾਤਰ ਲੋਕ ਇਹੀ ਸੋਚਦੇ ਨੇ ਕਿ ਅਮਰੀਕਨ ਕੰਟਰੀਆਂ ਇੰਡੀਅਨ ਨੂੰ ਵੀਜ਼ਾ ਔਨ ਅਰਾਈਵਲ ਨਹੀਂ ਦਿੰਦੀਆਂ ਪਰ ਬਾਰਬਾਡੋਸ ਅਜਿਹੀ ਨਾਰਥ ਅਮਰੀਕਨ ਕੰਟਰੀ ਹੈ ਜਿੱਥੇ ਇੰਡੀਅਨ ਅੱਜ ਦੇ ਦਿਨ ਬਿਨਾਂ ਵੀਜ਼ਾ ਤੋਂ ਜਾ ਸਕਦੇ ਨੇ ਇਹ ਦੇਸ਼ ਵੀ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ ਇੰਡੀਅਨਸ ਨੂੰ ਇਸ ਲਿਸਟ ਦੇ ਵਿੱਚ ਨੰਬਰ 3 ਤੇ ਆਉਂਦਾ ਹੈ ਕੀਨੀਆ ਕੀਨੀਆ ਇੱਕ ਬਹੁਤ ਜ਼ਿਆਦਾ ਡਿਵੈਲਪ ਅਫਰੀਕਨ ਕੰਟਰੀ ਹੈ ਤੇ ਇਹ ਦੇਸ਼ ਦੇ ਵਿੱਚ ਬਹੁਤ ਸਾਰੇ ਇੰਡੀਅਨ ਲੋਕਾਂ ਦੇ ਆਪਣੇ ਬਿਜ਼ਨਸ ਨੇ ਹੁਣ ਤੱਕ ਆਪਾਂ ਜਿੰਨੀਆਂ ਵੀ ਕੰਟਰੀਆਂ ਬਾਰੇ ਗੱਲ ਕੀਤੀ ਹੈ ਉਹ ਆਪਣੇ ਜ਼ਿਆਦਾਤਰ ਬੀਚ ਦੇ ਲਈ ਮਸ਼ਹੂਰ ਨੇ ਪਰ ਕੀਨੀਆ ਦੇਸ਼ ਮਸ਼ਹੂਰ ਹੈ ਆਪਣੇ ਟ੍ਰੋਪੀਕਲ ਜੰਗਲਾਂ ਦੇ ਲਈ ਜੇਕਰ ਤੁਸੀਂ ਵਾਈਲਡ ਲਾਈਫ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਕੀਨੀਆ ਇੱਕ ਬੈਸਟ ਚੁਆਇਸ ਹੈ ਅੱਜ ਦੇ ਦਿਨ ਕੀਨੀਆ ਇੰਡੀਅਨਸ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦਿੰਦਾ ਹੈ ਇਸ ਲਿਸਟ ਦੇ ਵਿੱਚ ਨੰਬਰ 2 ਤੇ ਨਾਮ ਆਉਂਦਾ ਹੈ ਜੀ ਜਮਾਇਕਾ ਦਾ ਇਹ ਇੱਕ ਸ਼ਾਨਦਾਰ ਕੈਰੇਬੀਅਨ ਦੇਸ਼ ਹੈ ਇਹ ਦੇਸ਼ ਵੀ ਨਾਰਥ ਅਮਰੀਕਾ ਕੰਟੀਨੈਂਟ ਦੇ ਉੱਪਰ ਵਸਿਆ ਹੋਇਆ ਹੈ ਇਸ ਦੇਸ਼ ਦੇ ਵਿੱਚ ਵੀ ਕਾਫੀ ਸੋਹਣੇ ਬੀਚਸ ਨੇ ਤੇ ਇਹ ਦੇਸ਼ ਆਪਣੀ ਬੀਚ ਪਾਰਟੀ ਦੇ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਜਮਾਇਕਾ ਦੇਸ਼ ਦੇ
ਇੱਥੇ ਜਦੋਂ ਚਾਹੇ ਜਾ ਸਕਦੇ ਨੇ। ਜੇਕਰ ਤੁਹਾਨੂੰ ਸ਼ਾਂਤੀ ਪਸੰਦ ਹੈ ਤਾਂ ਇਹ ਦੇਸ਼ ਤੁਹਾਡੇ ਲਈ ਹੀ ਬਣਿਆ ਹੈ, ਕਿਉਂਕਿ ਇੱਥੋਂ ਦੀਆਂ ਪਹਾੜੀਆਂ ਤੇ ਇੱਥੋਂ ਦੇ ਪਹਾੜੀ ਰਸਤੇ ਹਰ ਕਿਸੇ ਦਾ ਮਨ ਮੋਹ ਲੈਂਦੇ ਨੇ। ਇਸ ਲਿਸਟ ਦੇ ਵਿੱਚ ਨੰਬਰ 1 ਤੇ ਨਾਮ ਆਉਂਦਾ ਹੈ ਜੀ ਸਰਬੀਆ ਦਾ। ਸਰਬੀਆ ਇੱਕ ਯੂਰਪੀਅਨ ਕੰਟਰੀ ਹੈ ਤੇ ਸਾਡੀ ਇਸ ਵੀਜ਼ਾ ਫ੍ਰੀ ਦੀ ਲਿਸਟ ਦੇ ਵਿੱਚ ਇਹ ਇਕੱਲੀ ਯੂਰਪੀਅਨ ਕੰਟਰੀ ਹੀ ਆਉਂਦੀ ਹੈ ਜਿਹੜੀ ਕਿ ਇੰਡੀਆ ਨੂੰ ਵੀਜ਼ਾ ਫ੍ਰੀ ਦੀ ਸਹੂਲਤ ਦਿੰਦੀ ਹੈ ਉੱਥੇ ਆਉਣ ਦੇ ਲਈ। ਪਹਿਲਾਂ ਯੂਰਪ ਦਾ ਦੇਸ਼ ਯੂਕਰੇਨ ਵੀ ਇੰਡੀਆ ਨੂੰ ਵੀਜ਼ਾ ਫ੍ਰੀ ਦੀ ਸਹੂਲਤ ਦਿੰਦਾ ਸੀ, ਪਰ ਹੁਣ ਉਸਨੇ ਇਹ ਸਹੂਲਤ ਇੰਡੀਅਨ ਦੇ ਲਈ ਬੰਦ ਕਰ ਦਿੱਤੀ ਹੈ। ਸਰਬੀਆ ਦੇਸ਼ ਦੇ ਵਿੱਚ ਕੋਈ ਵੀ ਇੰਡੀਅਨ ਬਿਨਾਂ ਵੀਜ਼ਾ ਤੋਂ ਜਾ ਸਕਦਾ ਹੈ ਤੇ ਕਈ ਵਾਰ ਉਸਨੂੰ ਏਅਰਪੋਰਟ ਦੇ ਉੱਪਰ ਹੀ ਵੀਜ਼ਾ ਔਨ ਅਰਾਈਵਲ ਦੇ ਦਿੱਤਾ ਜਾਂਦਾ ਹੈ। ਤੁਸੀਂ ਬਿਨਾਂ ਪੇਪਰ ਵਰਕ ਤੋਂ ਸਰਬੀਆ ਜਾ ਸਕਦੇ ਹੋ, ਪਰ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਉੱਥੇ ਪਹੁੰਚਣ ਤੇ ਏਅਰਪੋਰਟ ਤੇ ਕਾਫੀ ਪੁੱਛਗਿੱਛ ਹੁੰਦੀ ਹੈ। ਉੱਥੇ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਇੱਥੇ ਕਿਹੜੇ ਕਿਹੜੇ ਜਗ੍ਹਾ ਤੇ ਘੁੰਮਣ ਆਏ ਹੋ, ਤੁਸੀਂ ਇੱਥੇ ਕਿੱਥੇ ਰਹਿਣਾ ਹੈ ਤੇ ਤੁਹਾਡੀ ਰਿਟਰਨ ਟਿਕਟ ਕਦੋਂ ਦੀ ਹੈ। ਜੇਕਰ ਤੁਸੀਂ ਉਹਨਾਂ ਦੇ ਇਹ ਸਾਰੇ ਸਵਾਲਾਂ ਦੇ ਜਵਾਬ ਸਹੀ ਦੇ ਦਿੰਦੇ ਹੋ ਤਾਂ ਉਹ ਤੁਹਾਨੂੰ ਵੀਜ਼ਾ ਦੇ ਦਿੰਦਾ ਹੈ, ਨਹੀਂ ਸਰਬੀਆ ਤੁਹਾਨੂੰ ਵਾਪਸ ਇੰਡੀਆ ਭੇਜ ਦਿੰਦਾ ਹੈ। ਇਹ ਸਾਂਝੇ 10 ਅਜਿਹੇ ਦੇਸ਼ ਜਿੱਥੇ ਇੰਡੀਅਨ ਪਾਸਪੋਰਟ ਹੋਲਡਰ ਬਿਨਾਂ ਵੀਜ਼ਾ ਤੋਂ ਜਾ ਸਕਦੇ ਨੇ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜੋ ਸਬਸਕ੍ਰਾਈਬ ਕਰਨਾ। ਧੰਨਵਾਦ।